ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਟਾਈਮ ਦੇ ਵਿੱਚ ਉਹਨਾਂ ਦੇ ਜੋ ਭਲਵਾਨੀਆਂ ਅਖਾੜੇ ਸੀ ਉਹਨਾਂ ਨੇ ਜੀ ਖਾਲਸਾ ਪੰਥ ਨੂੰ ਜੋ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੇ ਜਿਹੜੇ ਨਿਹੰਗ ਸਿੰਘਾਂ ਨੂੰ ਭਲਵਾਨੀ ਜਿਹੜੇ ਜ਼ੋਰ ਆ ਉਹ ਬਖਸ਼ਿਸ਼ ਕੀਤੇ ਉਹਨਾਂ ਟਾਈਮਾਂ ਦੇ ਵਿੱਚ ਜੀ ਉਹਨਾਂ ਨੇ ਇਹ ਚੀਜ਼ ਦਾ ਜੋ ਪ੍ਰਗਟ ਕੀਤੀ ਆ ਚੀਜ਼ ਖਾਲਸਾ ਪੰਥ ਨੂੰ ਬਖਸ਼ੀ ਅਤੇ ਜੀ ਪੁਰਾਤਨ ਟਾਈਮ ਤੋਂ ਜੀ ਖਾਲਸਾ ਪੰਥ ਦੇ ਵਿੱਚ ਇਹਦੀ ਵਰਤੋਂ ਚੱਲੀ ਆ ਰਹੀ ਆ ਸ਼ੁਭਾ ਸ਼ਾਮ ਜੋ ਖਾਲਸਾ ਪੰਥ ਆ ਉਹ ਇਹਦੀ ਵਰਤੋਂ ਕਰਦਾ ਜੀ। ਹਾਂਜੀ ਹਰਸੁਖ ਟੀਵੀ USA ਦੇਖ ਰਹੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਗੁਰਪ੍ਰੀਤ ਸਿੰਘ। ਅੱਜ ਜਿਵੇਂ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਨਿਹੰਗ ਸਿੰਘ ਜੀ, ਠੰਡੀ ਮਿੱਠੀ ਸਰਦਾਈ, ਜਿਵੇਂ ਕਿ ਤੁਹਾਨੂੰ ਪਤਾ ਹੈ ਗਰਮੀਆਂ ਦਾ ਮੌਸਮ ਹੈ ਅਤੇ ਤਾਪਮਾਨ ਵੀ 47 ਡਿਗਰੀ 46 ਡਿਗਰੀ ਚੱਲ ਰਿਹਾ ਹੈ ਅਤੇ ਅੱਜ ਅਸੀਂ ਮਲੋਟ ਸ਼ਹਿਰ ਦੇ ਨੇੜੇ ਬੱਸ ਸਟੈਂਡ ਦੇ ਕੋਲ ਆਏ ਹਾਂ ਅਤੇ ਇੱਥੇ ਅਸੀਂ ਨਿਹੰਗ ਸਿੰਘ ਜੀ ਦੀ ਸਰਦਾਈ ਪੀਣ ਆਏ ਹਾਂ ਅਤੇ ਇਹਨਾਂ ਤੋਂ ਪੁੱਛਦੇ ਹਾਂ ਕਿ ਇਹਦੇ ਕੀ ਫਾਇਦੇ ਹਨ ਅਤੇ ਕਿਵੇਂ ਤਿਆਰ ਹੁੰਦੀ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੀ ਨਾਮ ਹੈ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮੇਰਾ ਨਾਮ ਜਸਵੀਰ ਸਿੰਘ ਹੈ ਜੀ, ਮਲੋਟ ਤੋਂ ਰਹਿਣ ਵਾਲਾ। ਹਾਂਜੀ ਅਤੇ ਵੀਰ ਆਪਣੀ ਜਿਹੜੀ ਸ਼ਰਧਾਈ ਹੈ ਜੀ ਇਹਦੇ ਵਿੱਚ ਵੀਰ ਕੁੱਲ 6-7 ਤਰ੍ਹਾਂ ਦੀਆਂ ਚੀਜ਼ਾਂ ਪੈਂਦੀਆਂ ਜਿਹਦੇ ਵਿੱਚ ਗੁਲਾਬ ਦੇ ਫੁੱਲ ਦੀਆਂ ਪੱਤੀਆਂ, ਮਗਜ, ਖਸਖਾਸ, ਬਦਾਮ, ਕਾਜੂ, ਹਰੀ ਇਲਾਇਚੀ ਅਤੇ ਕਾਲੀ ਮਿਰਚ ਜੀ। ਹਾਂਜੀ ਅਤੇ ਵੀਰ ਇਹ ਇੱਕ ਤਾਂ ਜਿਵੇਂ ਕਹਿ ਦਈਏ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਟਾਈਮ ਦੇ ਵਿੱਚ ਉਹਨਾਂ ਦੇ ਜੋ ਭਲਵਾਨੀਆਂ ਅਖਾੜੇ ਸੀ ਉਹਨਾਂ ਨੇ ਜੀ ਖਾਲਸਾ ਪੰਥ ਨੂੰ ਜੋ ਬਖਸ਼ਿਸ਼ਾਂ ਕੀਤੀਆਂ ਉਹਨਾਂ ਨੇ ਜਿਹੜੇ ਨਿਹੰਗ ਸਿੰਘਾਂ ਨੂੰ ਭਲਵਾਨੀ ਜਿਹੜੇ ਜ਼ੋਰ ਆ ਉਹ ਬਖਸ਼ਿਸ਼ ਕੀਤੇ ਉਹਨਾਂ ਟਾਈਮਾਂ ਦੇ ਵਿੱਚ ਜੀ ਉਹਨਾਂ ਨੇ ਇਹ ਚੀਜ਼ ਦਾ ਜੋ ਪ੍ਰਗਟ ਕੀਤੀ ਆ ਚੀਜ਼ ਖਾਲਸਾ ਪੰਥ ਨੂੰ ਬਖਸ਼ੀ ਅਤੇ ਜੀ ਪੁਰਾਤਨ ਟਾਈਮ ਤੋਂ ਜੀ ਖਾਲਸਾ ਪੰਥ ਦੇ ਵਿੱਚ ਇਹਦੀ ਵਰਤੋਂ ਚੱਲੀ ਆ ਰਹੀ ਆ ਸ਼ੁਭਾ ਸ਼ਾਮ ਜੋ ਖਾਲਸਾ ਪੰਥ ਆ ਉਹ ਇਹਦੀ ਵਰਤੋਂ ਕਰਦਾ ਜੀ। ਹਾਂਜੀ ਅਤੇ ਇਹ ਸਰੀਰ ਵਾਸਤੇ ਜੇ ਮੰਨ ਲਓ ਜੀ ਹਰੇ ਆਪਣੇ ਬਜ਼ੁਰਗਾਂ ਨੂੰ ਵੀ ਪਤਾ ਜੀ ਡਰਾਈ ਫਰੂਟ ਦੀ ਵਰਤੋਂ ਕੀਤੀ ਜਾਂਦੀ ਹੈ ਇਹਦੇ ਵਿੱਚ ਡਰਾਈ ਫਰੂਟਾਂ ਦੇ ਵਿੱਚ ਕਈ ਤਰ੍ਹਾਂ ਦਾ ਵਿਟਾਮਿਨਸ ਅਤੇ ਪ੍ਰੋਟੀਨ ਵਗੈਰਾ ਪਾਏ ਜਾਂਦੇ ਆ ਅਤੇ ਸਰੀਰ ਵਾਸਤੇ ਵੀ ਬਹੁਤ ਜ਼ਿਆਦਾ ਠੰਡੀ ਹੁੰਦੀ ਆ ਜਿਵੇਂ ਅੱਜ ਦਾ ਜਿਵੇਂ ਵੇਖ ਲਈਏ ਅੱਜ ਕੱਲ੍ਹ ਗਰਮੀ ਬਹੁਤ ਜ਼ਿਆਦਾ ਪਈ ਜਾਂਦੀ ਆ ਜਿਵੇਂ ਲੋਕ ਕੋਲਡ ਡਰਿੰਕ ਵਗੈਰਾ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਦੇ ਆ ਉਹਨਾਂ ਵਿੱਚ ਤਾਂ ਵੀਰ ਸਾਰੀ ਕੈਮੀਕਲ ਵਗੈਰਾ ਅਤੇ ਉਹਨਾਂ ਦੇ ਵਿੱਚ ਸ਼ੂਗਰ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਆ ਬਹੁਤ ਜ਼ਿਆਦਾ ਯੂਜ ਹੁੰਦੀ ਸ਼ੂਗਰ ਦੀ ਅਤੇ ਉਹਨਾਂ ਦੇ ਕਿਤੇ ਨਾ ਕਿਤੇ ਨਾ ਤਾਂ ਕਾਫੀ ਬਹੁਤ ਜ਼ਿਆਦਾ ਕਾਫੀ ਨੁਕਸਾਨ ਆ ਜੀ। ਅੱਜ ਕੱਲ੍ਹ ਦੇ ਜਵਾਕ ਵੀ ਵੇਖੋ ਵੀ ਉਹਨਾਂ ਨੂੰ ਤੇਲ ਲੱਗੀ ਹੈ ਤਾਂ ਵੀ ਉਹ ਕੋਲਡ ਡਰਿੰਕ ਹੀ ਪੀਂਦੇ ਆ ਜ਼ਿਆਦਾ ਗਰਮੀਆਂ 'ਚ ਅਤੇ ਇਹਨਾਂ ਚੀਜ਼ਾਂ ਦਾ ਕਾਫੀ ਨੁਕਸਾਨ ਆ ਅਤੇ ਅਸੀਂ ਨੈਚੁਰਲ ਤਰੀਕੇ ਨਾਲ ਜੋ ਪਾਤਸ਼ਾਹ ਦੇ ਮਾਂ ਦਸਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਉਹਨਾਂ ਦੀ ਦਿੱਤੀ ਜੋ ਸਾਨੂੰ ਬਖਸ਼ਿਸ਼ ਆ ਅਸੀਂ ਉਹਨਾਂ ਨਾਲ ਵੀ ਲੋਕਾਂ ਨੂੰ ਚੰਗੀ ਚੀਜ਼ ਦੇਣ ਦੀ ਕੋਸ਼ਿਸ਼ ਕੀਤੀ ਹੈ ਜੀ। ਅਤੇ ਕਿੰਨੇ ਕੁ ਰੁਪਏ ਦਾ ਗਲਾਸ ਹੈ ਮਤਲਬ ਆਪਣੇ ਕੋਲ ਕਿੰਨੇ ਵੀ ਲੈ ਸਕਦੇ ਹਾਂ? ਵੀਰ ਜੀ ਪਹਿਲਾਂ ਨਾ ਆਪਾਂ ਇੱਕ ਹੀ ਗਲਾਸ ਰੱਖਿਆ ਸੀ, ਇੱਕ ਹੀ ਰੇਟ 40 ਰੁਪਏ ਅਤੇ ਜਦੋਂ ਆਪਾਂ ਕੰਮ ਸ਼ੁਰੂ ਕੀਤਾ ਨਾ ਜੀ ਇੱਦਾਂ ਜਿਵੇਂ ਆਟੋ ਵਾਲੇ ਰਿਕਸ਼ਾ ਵਾਲੇ ਆਉਂਦੇ ਸੀ ਆਪਣੇ ਕੋਲ ਖੜ੍ਹਦੇ ਸੀ ਅਤੇ ਉਹ ਪੁੱਛਦੇ ਸੀ ਬਾਬਾ ਜੀ ਗਲਾਸ ਕਿੰਨੇ ਦਾ ਸੀ, ਉਹਨਾਂ ਆਖਿਆ ਵੀ 40 ਰੁਪਏ ਦਾ ਅਤੇ ਵੀਰ ਉਹ ਹੁਣ ਵਿਚਾਰੇ ਇੰਨਾ ਕੁ ਪੁੱਛ ਕੇ ਤੁਰ ਜਾਂਦੇ ਸੀ ਉਹਨਾਂ ਗੱਲ ਕਿਤੇ ਨਾ ਕਿਤੇ ਸਾਨੂੰ ਫੀਲ ਹੁੰਦੀ ਸੀ ਕਿ ਯਾਰ ਵਿਚਾਰਾ ਪੀਣਾ ਚਾਹੁੰਦਾ ਸੀ ਉਹ ਛਕਣਾ ਚਾਹੁੰਦਾ ਸੀ ਪਰ ਉਹਦੇ ਨਾਲ ਜੇਬ ਦੀ ਜਿਹੜੀ ਬਜਟ ਆ ਵੀ ਇੰਨੀ ਹੈ ਨਹੀਂ ਹੈ ਨਾ ਵੀ ਉਹਨਾਂ ਨੇ ਬੱਚੇ ਵੀ ਵਿਚਾਰਿਆਂ ਨੇ ਆਪਣੇ ਪਾਲਣੇ ਆ ਅਤੇ ਫਿਰ ਉਸ ਕਰਕੇ ਨਾ ਜੀ ਆਪਾਂ ਇੱਕ ਹਾਫ ਗਲਾਸ ਰੱਖ ਲਿਆ 20 ਰੁਪਏ ਦਾ ਉਹਨਾਂ ਵੀਰਾਂ ਵਾਸਤੇ ਬਈ ਕਿਸੇ ਦਾ ਵੀ ਜੋ ਵੀ ਮਾਨਣਾ ਵਿਚਾਰਿਆਂ ਦਾ ਉਹਨਾਂ ਦਾ ਇੱਛਾ ਉਹਨਾਂ ਦੀ ਪੂਰੀ ਹੋ ਸਕੇ। ਅਤੇ ਇਹਨੂੰ ਬਣਾਉਣ ਵਾਸਤੇ ਟਾਈਮ ਵੀ ਬਹੁਤ ਲੱਗਦਾ ਵੀ ਕਿੰਨਾ ਕੁ ਟਾਈਮ ਲੱਗ ਜਾਂਦਾ ਫਿਰ ਵੀਰ? ਇੱਕ ਰਗੜੇ 'ਤੇ 1.5 ਘੰਟਾ ਲੱਗਦਾ ਜੀ, ਅੱਧੇ ਤੋਂ 1.5 ਘੰਟਾ ਲੱਗ ਜਾਂਦਾ ਜੀ ਇੱਕ ਰਗੜੇ। ਹਾਂਜੀ ਅਤੇ ਮਤਲਬ ਜਿਵੇਂ ਕਿੰਨੀ ਕੁ ਉਰੇ ਕਿੰਨਾ ਕੁ ਟਾਈਮ ਹੋ ਗਿਆ ਤੁਹਾਨੂੰ ਇੱਥੇ ਇਸ ਜਗ੍ਹਾ 'ਤੇ? ਫਿਰ ਤਕਰੀਬਨ 9 ਦਿਨ ਹੋ ਗਿਆ, ਅੱਜ 10ਵਾਂ ਦਿਨ ਆ ਜੀ ਮੈਨੂੰ ਇੱਥੇ। ਹਾਂਜੀ ਕੀ ਨਾਮ ਹੈ ਜੀ ਆਪਣਾ? ਗੁਰਵਿੰਦਰ ਸਿੰਘ ਜੀ। ਅਤੇ ਕਿਵੇਂ ਲੱਗੀ ਤੁਹਾਨੂੰ ਜੀ ਮਿੱਠੀ ਸਰਦਾਈ ਪੀ ਕੇ? ਬਹੁਤ ਵਧੀਆ ਜੀ। ਅਤੇ ਕਿਵੇਂ ਰੇਟ ਜਾਇਜ਼ ਹੈ ਇਹਨਾਂ ਦਾ? ਹਾਂਜੀ ਜਾਇਜ਼ ਆ। ਠੀਕ ਹੈ, ਦੁਬਾਰਾ ਆਉਂਗੇ ਫਿਰ? ਹਾਂਜੀ ਦੁਬਾਰਾ ਆਏ ਹੋਏ ਆ, ਉਹ ਬੱਚੇ ਨਾਲ ਬੈਠੇ ਕਾਰ 'ਚ ਆਏ ਹੋਏ ਆ। ਚਲੋ ਠੀਕ ਹੈ ਜੀ, ਜ਼ਰੂਰ ਆਓ ਅਤੇ ਗਰਮੀ ਤੋਂ ਬਚ ਕੇ ਰਹੋ। ਵੀਰ ਜੀ ਆਪਣੇ ਮਹਾਰਾਜ ਪਾਤਸ਼ਾਹ ਦੀ ਕਿਰਪਾ ਨਾਲ ਨਿਹੰਗਾ ਸਿੰਘਾਂ ਨੂੰ ਸਰਦਾਈ ਜਮ੍ਹਾਂ ਫਰੀ ਆ ਜੀ, ਉਹਨਾਂ ਤੋਂ ਕਿਸੇ ਤਰ੍ਹਾਂ ਦਾ ਪੈਸਾ ਲਿਆ ਨਹੀਂ ਜਾਂਦਾ ਕਿਉਂਕਿ ਮਹਾਰਾਜ ਪਾਤਸ਼ਾਹ ਦੀ ਬਖਸ਼ਿਸ਼ ਆ ਅਤੇ ਇਸ ਲਈ
ਆਪਣੇ ਨਿਹੰਗ ਸਿੰਘਾਂ ਵੀਰਾਂ ਲਈ, ਉਹਨਾਂ ਤੋਂ ਕੋਈ ਪੈਸਾ ਨਹੀਂ ਲੈਣਾ। ਉੱਦਾਂ ਹੀ ਆਪਣਾ ਦਸ਼ਮੇਸ਼ ਤੰਨਾ ਦਾ ਮਿਸਲ ਬਾਬਾ ਵੀਰ ਸਿੰਘ, ਬਾਬਾ ਧੀਰ ਸਿੰਘ, ਪਹਿਲੇ ਮੁਖੀ ਆਪਣੇ ਜਹੇਦਾਰ ਬਾਬਾ ਮਹਿੰਦਰ ਸਿੰਘ ਸੋਢੀ ਸਾਹਿਬ, ਉਹਨਾਂ ਤੋਂ ਬਾਅਦ ਜਹੇਦਾਰ ਬਾਬਾ ਮਹਾਂਵੀਰ ਸਿੰਘ ਸੋਢੀ ਸਾਹਿਬ, ਉਹਨਾਂ ਤੋਂ ਬਾਅਦ ਜਹੇਦਾਰ ਬਾਬਾ ਬਲਕਾਰ ਸਿੰਘ ਜੀ ਸੋਢੀ ਸਾਹਿਬ, ਹੁਣ ਮੌਜੂਦਾ ਜਰਨੈਲ ਜਿਹੜੇ ਹੈਗੇ ਨੇ ਮਿਸਲ ਦੇ, ਜਹੇਦਾਰ ਬਾਬਾ ਮੇਜਰ ਸਿੰਘ ਜੀ ਸੋਢੀ ਸਾਹਿਬ, ਹਾਂਜੀ ਉਹਨਾਂ ਦਲ ਪੰਥ ਤੋਂ ਆਪਣੇ ਰਿਲੇਸ਼ਨ ਹੈਗੇ, ਉਹਨਾਂ ਦਲ ਪੰਥ ਦੇ ਨਿਹੰਗ ਸਿੰਘ ਆ ਜੀ ਆਪਾਂ। ਬਹੁਤ ਵਧੀਆ ਉਪਰਾਲਾ ਕੀਤਾ ਸਿੰਘ ਸਾਹਿਬ ਨੇ, ਅਤੇ ਤੁਸੀਂ ਵੀ ਇੱਥੇ ਜ਼ਰੂਰ ਆਓ, ਮਲੋਟ ਬੱਸ ਸਟੈਂਡ ਦੇ ਨੇੜੇ ਪੈ ਜਾਂਦਾ ਇਹ ਆਪਣਾ, ਅਤੇ ਜ਼ਰੂਰ ਆਓ। ਧੰਨਵਾਦ ਜੀ।